ਪਾਲ ਸਿੰਘ ਖੈਰਾ ਨੇ ਟਵੀਟ ਕੀਤਾ ਤੇ ਸੋਸ਼ਲ ਮੀਡੀਆ ਤੇ ਪਾਇਆ ਜੀ ਕਿ ਆਪਣੇ ਗੁੰਡਿਆਂ ਨੂੰ ਕਿਤੇ ਨਾ ਕਿਤੇ ਇਨਚਾਰਜ ਲਗਾਇਆ ਜਾ ਰਿਹਾ ਕਿਵੇਂ ਦੇਖਦੇ ਇਹ ਇਨਚਾਰਜ ਤੁਸੀਂ ਲਾਏ ਨੇ ਜਾਂ ਹਾਈ ਕਮਾਂਡ ਨੇ ਕਿਹਾ ਸੀ ਤੁਹਾਨੂੰ ਪਾਲ ਖੈਰਾ ਸਾਹਿਬ ਹੈਗੇ ਨੇ ਬੇਲੇ ਕੰਮ ਕੋਈ ਹੈ ਨਹੀਂ ਉਹਨਾਂ ਨੂੰ ਹੋਰ ਕੁਝ ਲੱਭਦਾ ਨਹੀਂ ਕੰਮ ਵੈਸੇ ਜਿਹੜੇ ਕੋਆਰਡੀਨੇਟਰ ਲਾਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਤਾ ਜੀ ਜਾਂ ਹਾਈ ਕਮਾਂਡ ਨੇ ਤੁਹਾਨੂੰ ਕਿਹਾ ਵੀ ਇਹ ਲਾ ਦਿਓ ਕੋਆਰਡੀਨੇਟਰ ਕਿਉਂ ਇਹ ਇੰਡੀਵਿਜੂਅਲ ਮੈਂ ਆਪਣੀ ਬਿਹਤਰੀ ਵਾਸਤੇ ਜੀ ਕਿਉਂਕਿ ਬਹੁਤ ਲੋਕ ਆਉਂਦੇ ਨੇ ਮੇਰੀ ਨੇਚਰ ਆ ਕਿ ਮੇਰੇ ਤੋਂ ਕਿਹਦਾ ਦੁੱਖ ਬਰਦਾਸ਼ਤ ਨਹੀਂ ਹੁੰਦਾ ਮਾਨ ਸਾਹਿਬ ਬੇਸੇ ਮੈਸੇਜ ਵੀ ਇਹ ਆ ਰਹੇ ਨੇ ਕਿ ਕਿਤੇ ਨਾ ਕਿਤੇ ਪਹਿਲਾਂ ਅਕਾਲੀ ਕਾਂਗਰਸੀ ਹੁੰਦੇ ਸੀ ਜਿਹੜਾ ਅੱਗੇ ਲੱਗ ਜਾਂਦਾ ਸੀ ਉਹ ਮੈਕਮਿਆਂ ਤੇ ਹੈਵੀ ਹੋ ਜਾਂਦਾ ਸੀ ਮਤਲਬ ਪੈਸੇ ਲੈ ਕੇ ਕੰਮ ਕਰਾਉਂਦੇ ਤੇ ਵੀ ਜਿਵੇਂ ਹੁਣ ਜੇ ਐਵੇਂ ਦੇ ਲਾਤੇ ਜੀ ਕਿਤੇ ਨਾ ਕਿਤੇ ਉਹ ਮੈਕਮਾ ਹੀ ਨਾ ਸੰਭ ਲੈਣ ਕਿਤੇ ਲੋਕਾਂ ਤੋਂ ਪੈਸੇ ਲੈ ਕੇ ਕੰਮ ਕਰਾਉਣ ਲੱਗ ਜਾਣ ਵੀ ਉਹੀ ਹਾਲਾਤ ਬਣ ਜਾਣ ਮੈਨੂੰ ਚੌਥਾ ਮਹੀਨਾ ਜਾ ਰਿਹਾ ਐਮਐਲਏ ਬਣਨ ਨੂੰ ਅਸਤੱਕ ਮੈਂ ਡੀਐਸਪੀ ਆਫਿਸ ਐਸਟੀਮਾ ਆਫਿਸ ਕਿਤੇ ਵੀ ਥਾਣੇ ਕਿਸੇ ਵੀ ਚੌਂਕੀ 'ਚ ਨਹੀਂ ਗਿਆ ਜੀ ਠੀਕ ਹੈ ਨਾ ਕਿ ਤਸਿਲਦਾਰ ਦੇ ਆਫਿਸ ਗਿਆ ਕਿਉਂਕਿ ਮੇਰੀ ਨੇਚਰ ਨਹੀਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਜਿਹੜਾ ਕੰਮ ਸਹੀ ਹੈ ਤੁਸੀਂ ਉਹ ਕਰੋ ਸਾਡੀ ਕੋਈ ਸ਼ਪਾਰਸ਼ ਨਹੀਂ ਮੈਰਿਟ ਦੇ ਆਧਾਰ ਤੇ ਕੰਮ ਕਰੋ ਜੇ ਮੈਂ ਐਮਐਲਏ ਨਹੀਂ ਜਾ ਰਿਹਾ ਤਾਂ ਫਿਰ ਕੋਆਰਡੀਨੇਟਰ ਕਿੱਥੋਂ ਜਾਣਗੇ ਜੀ ਲੋਕ ਇਹ ਵੀ ਕਹਿੰਦੇ ਨੇ ਕਿ ਪੂਰੇ ਪੰਜਾਬ ਚੋਂ ਗੁਰਦੇਵ ਸਿੰਘ ਦੇਵਮਾਨ ਉਹ ਵਿਵਾਦਾਂ ਚ ਰਹਿਣ ਵਾਲੇ ਨੇ ਜੀ ਕਦੇ ਐਵੇਂ ਕਰਤਾ ਕਦੇ ਇੰਚਾਰਜ ਲਾਤੇ ਜੀ ਕਦੇ ਗੀਤ ਗਾਉਣ ਲੱਗੇ ਕਦੇ ਸਾਈਕਲ ਤੇ ਚੰਡੀਗੜ੍ਹ ਵਿਧਾਨ ਸਭਾ ਜਾਣ ਲੱਗੇ ਜੀ ਮਤਲਬ ਵੀ ਉਹ ਵਿਵਾਦਾਂ ਚ ਰਹਿੰਦੇ ਨੇ ਹਰ ਟਾਈਮ ਐਮਐਲਏ ਦੇਵਮਾਨ ਦਾ ਹੁਣ ਸਾਈਕਲ ਨਹੀਂ ਲੱਭਿਆ ਜੀ ਉਹ ਜਦ ਚੰਡੀਗੜ੍ਹ ਵਿਧਾਨ ਸਭਾ ਲੈ ਕੇ ਗਏ ਤੇ ਵੀ ਹੁਣ ਦੇਖੀ ਨਹੀਂ ਸਾਈਕਲ ਤੇ ਕਿੱਧ ਸੇ ਇਹ ਤਾਂ ਕਈ ਵੇਲੇ ਉਦਾਂ ਵੀ ਸਾਈਕਲ ਕਿੱਥੇ ਆਈ ਉਹ ਕਿੱਥੇ ਆ ਲੋਕਾਂ ਨੇ ਮੈਨੂੰ ਸਾਈਕਲ ਲਈ ਥੋੜਾ ਚੁਣਿਆ ਜੀ ਲੋਕਾਂ ਨੇ ਮੈਨੂੰ ਕੰਮ ਲਈ ਚੁਣਿਆ ਮੇਰੇ ਕੰਮ ਦੀ ਗੱਲ ਕਰਾਂ ਜਿਹੜਾ ਚੰਗਾ ਕੰਮ ਆ ਉਹਦੀ ਉਹਦੀ ਐਪਰੀਸ਼ੀਏਸ਼ਨ ਤਾਂ ਬਣਦੀ ਹੈ ਨਾ ਜੀ ਮੇਰਾ ਚੈਲੰਜ ਹੈ ਜੀ ਤੁਹਾਡੇ ਚੈਨਲ ਦੇ ਜ਼ਰੀਏ ਕਿ ਆਉਣ ਵਾਲੇ 6 ਮਹੀਨਿਆਂ ਬਾਅਦ ਨਾਬਾ ਸ਼ਹਿਰ ਜਿਹੜਾ ਹਿੰਦੁਸਤਾਨ ਦੇ ਟੌਪ 10 ਸ਼ਹਿਰਾਂ ਦੇ ਵਿੱਚੋਂ ਇੱਕ ਹੋਏਗਾ ਮੈਂ ਤੁਹਾਨੂੰ ਇਹ ਗਵਾਹ ਦੇ ਨਾਲ ਗੱਲ ਕਹਿਣਾ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਅਮਨਦੀਪ ਸਿੰਘ ਮਾਝਾ ਹਲਕਾ ਨਾਬਾ ਤੋਂ ਗੁਰਦੇਵ ਸਿੰਘ ਦੇਮਾਨ ਐਮ ਐਲ ਏ ਜਿਨ੍ਹਾਂ ਨੇ ਪਿਛਲੇ ਦਿਨੀ ਇੰਚਾਰਜ ਲਾਏ ਹਲਕਾ ਨਾਬਾ ਦੇ ਵਿੱਚ ਸਾਰੇ ਵਿਭਾਗਾਂ ਦੇ ਉੱਪਰ ਇੰਚਾਰਜ ਲਗਾਏ ਗਏ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖੈਰਾ ਨੇ ਟਵੀਟ ਕੀਤਾ ਸੋਸ਼ਲ ਮੀਡੀਆ ਤੇ ਉਹ ਜੋ ਸੋਸ਼ਲ ਮੀਡੀਆ ਤੇ ਜਿਹੜੇ ਇੰਚਾਰਜ ਲਾਏ ਸੀ ਉਹਨਾਂ ਦੀਆਂ ਫੋਟੋਆਂ ਪਾਈਆਂ ਹੋਈਆਂ ਸਨ ਉਹਨਾਂ ਨੇ ਆਪਣੇ ਪੇਜ ਤੋਂ ਪਾਇਆ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਹ ਗੱਲ ਆਖੀ ਕਿ ਕਿਵੇਂ ਦੇ ਤੁਹਾਡੇ ਐਮਐਲਏ ਨੇ ਜਿਹੜੇ ਆਪਣੇ ਗੁੰਡਿਆਂ ਨੂੰ ਕਿਤੇ ਨਾ ਕਿਤੇ ਇਨਚਾਰਜ ਲਾ ਰਹੇ ਨੇ ਗੁੰਡੇ ਸ਼ਬਦ ਵੀ ਵਰਤਿਆ ਅਤੇ ਕਿਹਾ ਕਿ ਇਨਚਾਰਜ ਲਗਾਏ ਜਾ ਰਹੇ ਨੇ ਉਸ ਤੋਂ ਬਾਅਦ ਲਗਾਤਾਰ ਸਾਹਮਣੇ ਗੱਲ ਆ ਰਹੀ ਸੀ ਕਿ ਇਨਚਾਰਜ ਕਿਵੇਂ ਲਾਏ ਹਾਈ ਕਮਾਂਡ ਨੇ ਕਿਹਾ ਜਾਂ ਕਿਵੇਂ ਲਾਏ ਨੇ ਐਮਐਲਏ ਗੁਰਦੇਵ ਸਿੰਘ ਦੇਮਾਨ ਨੇ ਸੋ ਹਲਕਾ ਨਾਬਾ ਤੋਂ ਗੁਰਦੇਵ ਸਿੰਘ ਦੇਮਾਨ ਐਮਐਲਏ ਸਾਡੇ ਨਾਲ ਮੌਜੂਦ ਨੇ ਮਾਨ ਸਾਹਿਬ ਸਭ ਤੋਂ ਪਹਿਲਾਂ ਤਾਂ ਇਹੀ ਸਵਾਲ ਕਿ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕੀਤਾ ਤੇ ਸੋਸ਼ਲ ਮੀਡੀਆ ਤੇ ਪਾਇਆ ਜੀ ਕਿ ਆਪਣੇ ਗੁੰਡਿਆਂ ਨੂੰ ਕਿਤੇ ਨਾ ਕਿਤੇ ਇਨਚਾਰਜ ਲਗਾਇਆ ਜਾ ਰਿਹਾ ਕਿਵੇਂ ਦੇਖਦੇ ਇਨਚਾਰਜ ਤੁਸੀਂ ਲਾਏ ਨੇ ਜਾਂ ਹਾਈ ਕਮਾਂਡ ਨੇ ਕਿਹਾ ਸੀ ਤੁਹਾਨੂੰ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਸੁਖਪਾਲ ਖੈਰਾ ਸਾਹਿਬ ਹੈਗੇ ਨੇ ਬਿਲੇ ਕੰਮ ਕੋਈ ਹੈ ਨਹੀਂ ਉਹਨਾਂ ਨੂੰ ਹੋਰ ਕੁਝ ਲੱਭਦਾ ਨਹੀਂ ਕੰਮ ਆ ਟਵੀਟ ਕਰਤਾ ਉਹਨਾਂ ਨੇ ਅਸਲ ਦੇ ਵਿੱਚ ਸਚਾਈ ਇਹ ਹੈ ਕਿ ਅਸੀਂ ਨਗਰ ਵਿਧਾਨ ਸਭਾ ਨਾਭਾ ਦੇ ਵਿੱਚ ਲੋਕਾਂ ਦੀ ਬਿਹਤਰ ਸੇਵਾ ਲਈ ਤਾਂ ਕਿ ਲੋਕਾਂ ਨੂੰ ਕਿਸੇ ਕੰਮ ਦੀ ਕੋਈ ਤਕਲੀਫ ਨਾ ਹੋਵੇ ਅਸੀਂ ਉਹਨਾਂ ਲਈ ਹਰੇਕ ਵਿਭਾਗ ਦਾ ਇੱਕ ਤਾਲਮਿਲ ਕਮੇਟੀ ਦਾ ਕੋਆਰਡੀਨੇਟਰ ਲਾਇਆ ਜੀ ਸਚਾਈ ਹੈ ਜੀ ਇਹਨੂੰ ਜਿਵੇਂ ਕੁਝ ਕੁ ਉਹਦਾ ਪਾਤਾ ਵਲੰਟੀਅਰ ਨੂੰ ਕਈ ਵਾਰੀ ਸਮਝ ਨਹੀਂ ਆਉਂਦੀ ਇਨਚਾਰਜ ਲਾਤਾ ਜੀ ਅਸਲ ਦੇ ਵਿੱਚ ਉਹ ਇਹ ਤਾਰ ਮਿਲ ਕਮੇਟੀ ਦੇ ਜਿਹੜੇ ਆ ਵੈਸੇ ਵੈਸੇ ਮਾਨ ਸਾਹਿਬ ਜਿਹੜੇ ਪੋਸਟਰ ਉੱਥੇ ਸੋਸ਼ਲ ਮੀਡੀਆ ਤੇ ਉਹ ਚ ਇਨਚਾਰਜ ਲਿਖਿਆ ਹੋਸੀ ਇਨਚਾਰਜ ਲਾਉਣ ਤੇ ਚ ਲਿਖਿਆ ਸੀ ਕਿ ਉਹੀ ਉਹੀ ਉਹਨਾਂ ਨੇ ਚੱਕ ਲਈ ਠੀਕ ਹੈ ਤੇ ਜਿਵੇਂ ਮੇਰੇ ਕੋਲੇ ਕੋਈ ਆਉਂਦੇ ਆ ਜੀ ਮੰਨ ਲਓ ਕੰਪਲੇਂਟਾਂ ਰੋਜ਼ ਆਉਂਦੀਆਂ ਨੇ ਲਗਾਤਾਰ ਆਫਿਸ ਦੇ ਵਿੱਚ ਸਵੇਰੇ 7 ਵਜੇ ਸ਼ੁਰੂ ਹੋ ਜਾਂਦੇ ਜੀ ਰਾਤ ਨੂੰ 8 9 10 ਵਜੇ ਤੱਕ ਚੱਲਦਾ ਰਹਿੰਦਾ ਕੰਮ ਜੀ ਬਹੁਤ ਕੰਪਲੇਂਟਾਂ ਆਉਂਦੀਆਂ ਨੇ ਕੋਈ ਬਿਜਲੀ ਡਿਪਾਰਟਮੈਂਟ ਦੀ ਆ ਕੋਈ ਪੰਚਾਇਤੀ ਵਿਭਾਗ ਦੀ ਆ ਕੋਈ ਮਨਰੇਗਾ ਦੀ ਆ ਕੋਈ ਪੈਨਸ਼ਨ ਦਾ ਮਾਮਲਾ ਕੋਈ ਆਫਸਰ ਦੀ ਲੜਾਈ ਝਗੜੇ ਦਾ ਕੋਈ ਜੌਬ ਲਈ ਆ ਰਿਹਾ ਕੋਈ ਕੋਸ਼ਾਰਾ ਤਾਂ ਫਿਰ ਅਸੀਂ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਜਿਵੇਂ ਮੇਰੇ ਕੋਲ ਆ ਰਹੀਆਂ ਨੇ ਤਾਂ ਫਿਰ ਮੈਂ ਅੱਗੇ ਜਿਹੜੇ ਸਾਡੇ ਕੋਆਰਡੀਨੇਟਰ ਲਾਏ ਉਹਨਾਂ ਨੂੰ ਕਹਿ ਦਿੰਦਾ ਕਿ ਫਲਾਣੇ ਪਿੰਡ ਤੋਂ ਕੰਪਲੇਂਟ ਆਈ ਹੈ ਵੀ ਚੈੱਕ ਕਰੋ ਕਿ ਸਾਰਾ ਕੁਝ ਠੀਕ ਠਾਕ ਹੈ ਇਹਦੀ ਪ੍ਰੋਪਰ ਰਿਪੋਰਟ ਤਿਆਰ ਕਰਕੇ ਦੱਸੋ ਕਿ ਹਾਂ ਇਹ ਗੱਲ ਇਦ ਤੁਸੀਂ ਜਦੋਂ ਮੈਨੂੰ ਸਮਝਾ ਦਿਓ ਇਹ ਗੱਲ ਕਿ ਉਹਦਾ ਉਹਨਾਂ ਦੇ ਸਾਹਮਣੇ ਸਾਹਮਣੇ ਬਹਿ ਕੇ ਤਾਂ ਫਿਰ ਸਬੰਧਤ ਅਫਸਰ ਨੂੰ ਮੈਂ ਕਾਲ ਕਰਨੀ ਹੈ ਜੀ ਉਹਨਾਂ ਨੂੰ ਮੈਂ ਬੇਨਤੀ ਕਰਨੀ ਕੋ ਕੰਮ ਕਰਨ ਲਈ ਜਾਂ ਇਹਦੇ ਚ ਆ ਗੜਬੜ ਹੈ ਜਿਹਨੂੰ ਠੀਕ ਕਰੋ ਉਹਦੇ ਵਿੱਚ ਸਾਡਾ ਕੋਆਰਡੀਨੇਟਰ ਜਿਹੜਾ ਜੀ ਉਹਦੇ ਕੋਲੇ ਕਿਸੇ ਕੋਲੇ ਵੀ ਅਧਿਕਾਰ ਨਹੀਂ ਕਿ ਉਹ ਕਿਸੇ ਵੀ ਸਰਕਾਰੀ ਅਫਸਰ ਦੇ ਵਿੱਚ ਜਾ ਕੇ ਅਫਸਰਾਂ ਦੇ ਨਾਲ ਗੱਲਬਾਤ ਕਰੇ ਜਾਂ ਕਿਸੇ ਨੂੰ ਆਰਡਰ ਕਰੇ ਜਾਂ ਉਹਨਾਂ ਜਾਂ ਉੱਥੇ ਜਾ ਕੇ ਕਹਵੇ ਜੀ ਕਿ ਮੈਨੂੰ ਮੈਂ ਆਇਆ ਜੀ ਮੈਨੂੰ ਆਪਣਾ ਤੁਸੀਂ ਰਿਕਾਰਡ ਚੈੱਕ ਕਰਾਓ ਜਾਂ ਤੁਸੀਂ ਕੰਮ ਕਿਉਂ ਨਹੀਂ ਕੀਤਾ ਉਹਨਾਂ ਦਾ ਕੋਈ ਕੰਮ ਨਹੀਂ ਜੀ ਨਾ ਹੀ ਉਹ ਜਾਣਦੇ ਨੇ ਵੈਸੇ ਵੈਸੇ ਜਿਹੜੇ ਕੋਆਰਡੀਨੇਟਰ ਲਾਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਤਾ ਜੀ ਜਾਂ ਹਾਈ ਕਮਾਂਡ ਨੇ ਤੁਹਾਨੂੰ ਕਿਹਾ ਵੀ ਇਹ ਲਾ ਦਿਓ ਕੋਆਰਡੀਨੇਟਰ ਨਹੀਂ ਇਹ ਇੰਡੀਵਿਜੂਅਲ ਮੈਂ ਆਪਣੀ ਕਿਉਂਕਿ ਬਹੁਤ ਲੋਕ ਆਉਂਦੇ ਨੇ ਮੇਰੀ ਨੇਚਰ ਆ ਕਿ ਮੇਰ ਤੋਂ ਕਿਸੇ ਦਾ ਦੁੱਖ ਬਰਦਾਸ਼ਤ ਨਹੀਂ ਹੁੰਦਾ ਮੈਂ ਚਾਹੁੰਦਾ ਕਿ ਜਿਹੜਾ ਮੇਰੇ ਕੋਲ ਆ ਉਹਨੂੰ ਪ੍ਰੋਪਰ ਇਨਸਾਫ ਮਿਲੇ ਇਹ ਨਹੀਂ ਵੀ ਆ ਗਿਆ ਚਲੇ ਗਿਆ ਆ ਗਿਆ ਚਲੇ ਗਿਆ ਇਸ ਕੰਮ ਤੋਂ ਨਜਾਤ ਮਿਲੇ ਉਹਨਾਂ ਨੂੰ ਇਨਸਾਫ ਮਿਲੇ ਔਰ ਉਹਨਾਂ ਦਾ ਕੰਮ ਵੀ ਹੋਵੇ ਤੇ ਉਹ ਤਾਲਮੇਲ ਵਾਸਤੇ ਜਿਹੜਾ ਸ਼ਿਕਾਇਤ ਕਰਤਾ ਉਹਦਾ ਔਰ ਮੇਰੇ ਦਰਮਿਆਨ ਉਹ ਗੱਲਬਾਤ ਕਰਕੇ ਕਿ ਇਹਦਾ ਇਹ ਹੱਲ ਜਿਹੜਾ ਜੀ ਆਹ ਪ੍ਰੋਬਲਮ ਆ ਇਹਦਾ ਹੱਲ ਕਿਵੇਂ ਕਰਨਾ ਤੁਸੀਂ ਦੇਖ ਲਓ ਉੱਤੇ ਫੈਸਲਾ ਲਿਆ ਜਾ ਸਕੇ ਇੰਨਾ ਕੰਮ ਆ ਜਿਹਨੂੰ ਸਰਪਾਲ ਕਰਨ ਟਵੀਟ ਕਰਕੇ ਕਿਹਾ ਜੀ ਆਹ ਦੇਖੋ ਜੀ ਹਲਕਾ ਐਂ ਲਾਤਾ ਜੀ ਉਹ ਕਰਤਾ ਜੂ ਕਰਤਾ ਜੀ ਬਿਲਕੁਲ ਮਾਨ ਸਾਹਿਬ ਵੈਸੇ ਮੈਸੇਜ ਵੀ ਇਹ ਆ ਰਹੇ ਨੇ ਕਿ ਕਿਤੇ ਨਾ ਕਿਤੇ ਪਹਿਲਾਂ ਅਕਾਲੀ ਕਾਂਗਰਸੀ ਹੁੰਦੇ ਸੀ ਜਿਹੜਾ ਅੱਗੇ ਲੱਗ ਜਾਂਦਾ ਸੀ ਉਹ ਮੈਕਮਿਆਂ ਤੇ ਹੈਵੀ ਹੋ ਜਾਂਦਾ ਸੀ ਮਤਲਬ ਪੈਸੇ ਲੈ ਕੇ ਕੰਮ ਕਰਾਉਂਦੇ ਤੇ ਵੀ ਜਿਵੇਂ ਹੁਣ ਜੇ ਐਵੇਂ ਦੇ ਲਾਤੇ ਜੀ ਕਿਤੇ ਨਾ ਕਿਤੇ ਉਹ ਮੈਕਮਿਆਂ ਨੂੰ ਸਾਹਮ ਲੈਣਾ ਕਿਤੇ ਲੋਕਾਂ ਤੋਂ ਪੈਸੇ ਲੈ ਨੇ ਇਦਾਂ ਦੀ ਤਾਂ ਸਖਤ ਹਦਾਇਤਾਂ ਨੇ ਜੀ ਤੁਸੀਂ ਕੋਆਰਡੀਨੇਟਰ ਦੀ ਤਾਂ ਗੱਲ ਹੀ ਛੱਡੋ ਜੀ ਮੈਨੂੰ ਚੌਥਾ ਮਹੀਨਾ ਜਾ ਰਿਹਾ ਮੈਂ ਐਮਐਲਏ ਬਣਨ ਨੂੰ ਅਸਤੱਕ ਮੈਂ ਡੀਐਸਪੀ ਆਫਿਸ ਐਸਟੀਮਾ ਆਫਿਸ ਕਿਤੇ ਵੀ ਥਾਣੇ ਕਿਸੇ ਵੀ ਚੌਂਕੀ 'ਚ ਨਹੀਂ ਗਿਆ ਜੀ ਠੀਕ ਹੈ ਨਾ ਕਿ ਤਹਿਸੀਲਦਾਰ ਦੇ ਆਫਿਸ ਗਿਆ ਕਿਉਂਕਿ ਮੇਰੀ ਨੇਚਰ ਨਹੀਂ ਹੈ ਜੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਜਿਹੜਾ ਕੰਮ ਸਹੀ ਹੈ ਤੁਸੀਂ ਉਹ ਕਰੋ ਸਾਡੀ ਕੋਈ ਵਿਚਪਾਰਸ ਨਹੀਂ ਮੈਰਿਟ ਦੇ ਆਧਾਰ ਤੇ ਕੰਮ ਕਰੋ ਜੇ ਮੈਂ ਐਮਐਲਏ ਨਹੀਂ ਜਾ ਰਿਹਾ ਤਾਂ ਫਿਰ ਕੋਆਰਡੀਨੇਟਰ ਕਿੱਥੋਂ ਜਾਣਗੇ ਜੀ ਸਾਫ਼ ਜੀ ਗੱਲ ਹੈ ਪਰ ਲੋਕਾਂ ਨੂੰ ਜਿਹੜੇ ਲੋਕ ਆ ਰਹੇ ਨੇ ਉਹਨਾਂ ਨੂੰ ਇਨਸਾਫ਼ ਮਿਲੇ ਉਹਨਾਂ ਦੇ ਪ੍ਰੋਪਰ ਸੁਣਵਾਈ ਹੋਵੇ ਅੱਛੇ ਤਰੀਕੇ ਨਾਲ ਸੁਣਵਾਈ ਹੋਵੇ ਇਸ ਕਰਕੇ ਅਸੀਂ ਇਹ ਕੋਆਰਡੀਨੇਟਰ ਜਿਹੜੇ ਆ ਉਹ ਲਾਏ ਆ ਵੈਸੇ ਲੋਕ ਇਹ ਵੀ ਕਹਿੰਦੇ ਨੇ ਕਿ ਪੂਰੇ ਪੰਜਾਬ ਚੋਂ ਗੁਰਦੇਵ ਸਿੰਘ ਦੇਮਾ ਨੇ ਉਹ ਵਿਵਾਦਾਂ ਚ ਰਹਿਣ ਵਾਲੇ ਨੇ ਜੀ ਕਦੇ ਐਵੇਂ ਕਰਤਾ ਕਦੇ ਇਨਚਾਰਜ ਲਾਤੇ ਜੀ ਕਦੇ ਗੀਤ ਗਾਉਣ ਲੱਗੇ ਕਦੇ ਸਾਈਕਲ ਤੇ ਚੰਡੀਗੜ੍ਹ ਵਿਧਾਨ ਸਭਾ ਜਾਣ ਲੱਗੇ ਜੀ ਮਤਲਬ ਵੀ ਉਹ ਵਿਵਾਦਾਂ ਚ ਰਹਿੰਦੇ ਨੇ ਹਰ ਟਾਈਮ ਇਹ ਮੈਸੇਜ ਵੀ ਆ ਰਹੇ ਨਹੀਂ ਨਹੀਂ ਦੇਖੋ ਗੱਲ ਇਦਾਂ ਵੀ ਜਦੋਂ ਬੰਦਾ ਕੰਮ ਕਰਦਾ ਫਿਰ ਕਈ ਜਿਹੜੀਆਂ ਨੇ ਨੈਗੇਟਿਵ ਪੋਜ਼ਿਟਿਵ ਨਿਕਲਦੇ ਰਹਿੰਦੀਆਂ ਨੇ ਮਕਸਦ ਹੈ ਕੰਮ ਕਰੀਏ ਜੀ ਗਾਣਾ ਮੈਨੂੰ ਆਉਂਦਾ ਜੀ ਗੋਡ ਗਿਫਟਡ ਐ ਮੈਂ ਪ੍ਰੋਫੈਸ਼ਨਲ ਸਿੰਗਰ ਐਕਟਰ ਆ ਠੀਕ ਹੈ ਜੀ ਜਦੋਂ ਜੀ ਕਰਦਾ ਤਾਂ ਫਿਰ ਉਦੋਂ ਗਾ ਵੀ ਲੈਣੇ ਆ ਜੀ ਪਰ ਜਿਸ ਕੰਮ ਲਈ ਮੈਨੂੰ ਚੁਣਿਆ ਉਸ ਕੰਮ ਦੇ ਵਿੱਚ ਕਿਤੇ ਵੀ ਕੋਤਾਹੀ ਨਹੀਂ ਆ ਉਹਨਾਂ ਲੋਕਾਂ ਨੂੰ ਪ੍ਰਾਪਰ ਇਨਸਾਫ ਮਿਲੇ ਜਿਨ੍ਹਾਂ ਨੇ ਏਡੀ ਵੱਡੀ ਉਮੀਦ ਨਾਲ ਸਾਨੂੰ ਵੋਟ ਪਾਈ ਹੈ ਉਹਨਾਂ ਦੀ ਖੱਜਲ ਖੁਆਰੀ ਨਾ ਹੋਵੇ ਉਹਦੇ ਕੰਮ ਪ੍ਰਾਪਰ ਟਾਈਮ ਨਾਲ ਹੋਣ ਔਰ ਉਹਨਾਂ ਦੇ ਢੀੜੀ ਢੇੜੇ ਨਾ ਵੱਜਣ ਇਸ ਕਰਕੇ ਏਸੀ ਸਾਰਾ ਸਿਸਟਮ ਜਿਹੜਾ ਬਣਾਇਆ ਗਿਆ ਕਿ ਕੋਆਰਡੀਨੇਟਰ ਪੂਰੇ ਕੰਮ ਕਰਨਗੇ ਲੋਕਾਂ ਦੇ ਜਿੰਨੇ ਵੀ ਵੋਟਰ ਨੇ ਕਿਸੇ ਨੂੰ ਦਿੱਕਤ ਨਹੀਂ ਆਉਣ ਦੇਣੀ ਬਿਲਕੁਲ ਮਕਸਦ ਇਹੀ ਹੈ ਜੀ ਬਾਕੀ ਦੇਖੋ ਆਪਾਂ ਕਿਸੇ ਨੂੰ ਸੰਤੁਸ਼ਟ ਜਿਹੜਾ 100% ਤਾਂ ਕਰ ਨਹੀਂ ਸਕਦੇ ਕੋਸ਼ਿਸ਼ ਕਰ ਰਹੇ ਹਾਂ ਕਿ ਸਮਾਜ ਦੇ ਵਿੱਚ ਜਿਹੜੀਆਂ ਅਸੀਂ ਜਿਵੇਂ ਪੰਜਾਬ ਦੇ ਵਿੱਚ ਪਹਿਲ ਕੀਤੀ ਕਿ ਸਦਰ ਨਾਭਾ ਦੇ ਵਿੱਚ ਪਹਿਲੀ ਵਾਰ ਸਾਡੇ ਗਗਨ ਜੀ ਨੇ ਸਾਡੇ ਐਸਚਓ ਸਾਹਿਬ ਉਹਨਾਂ ਦੇ ਸਹਿਯੋਗ ਨਾਲ ਅਸੀਂ ਦਰਖਾਸਤ ਮੇਲਾ ਲਾਇਆ ਠੀਕ ਹੈ ਜਿਹਦੇ ਵਿੱਚ ਤਕਰੀਬਨ ਮੈਨੂੰ ਦੱਸਦਿਆਂ ਖੁਸ਼ੀ ਹੈ ਕਿ 70-80% ਜਿਹੜੇ ਮਾਮਲੇ ਸੀ ਉੱਥੇ ਉੱਥੇ ਹੀ ਸਹਿਮਤੀ ਨਾਲ ਖਤਮ ਹੋ ਗਏ ਇਹ ਵੱਡੀ ਵੱਡੀ ਪਹਿਲ ਸੀ ਉਹ ਲੋਕ ਜਿਹੜੇ ਲਗਾਤਾਰ ਗੇੜੇ ਮਾਰਦੇ ਸੀ ਕੋਈ ਤੇ ਪਹਿਲੀ ਪਾਰਟੀ ਨਹੀਂ ਸੀ ਆਉਂਦੀ ਕਿ ਦੂਜੀ ਨਹੀਂ ਸੀ ਆਉਂਦੀ ਤੇ ਉਹ ਲੋਕ ਇਕੱਠੇ ਕਰਾ ਕੇ ਜਦੋਂ ਸਾਹਮਣੇ ਬਿਠਾਏ ਤਾਂ ਮਸਲੇ ਖਤਮ ਹੋ ਗਏ ਸੋ ਕੋਸ਼ਿਸ਼ ਕਰਨ ਦੇ ਨਾਲ ਜਦੋਂ ਬੰਦਾ ਕੰਮ ਕਰਦਾ ਤਾਂ ਕਿਤੇ ਨਾ ਕਿਤੇ ਗਲਤੀ ਹੁੰਣੀ ਵੀ ਸੁਭਾਅਕਾ ਪਰ ਗਲਤੀ ਉਹੀ ਕਰੂਗਾ ਜਿਹੜਾ ਕੰਮ ਕਰੂਗਾ ਜੀ ਬਿਲਕੁਲ ਇੱਕ ਲੋਕਾਂ ਦੇ ਸਵਾਲ ਨੇ ਕਹਿੰਦੇ ਐਮਐਲਏ ਦੇਵਮਾਨ ਦਾ ਹੁਣ ਸਾਈਕਲ ਨਹੀਂ ਲੱਭਿਆ ਜੀ ਉਹ ਜਦੋਂ ਚੰਡੀਗੜ੍ਹ ਵਿਧਾਨ ਸਭਾ ਲੈ ਕੇ ਗਿਆ ਤੇ ਵੀ ਹੁਣ ਦੇਖੀ ਨਹੀਂ ਸਾਈਕਲ ਕਿੱਧਰ ਲਾਤਾ ਜੀ ਸਾਈਕਲ ਤਾਂ ਰੋਜ਼ ਸਵੇਰੇ ਸਾਈਕਲ ਤੇ ਹੁੰਨਾ ਜੀ ਕਿਸੇ ਦਿਨ ਫਿਰ ਲਾਈਪ ਪਾ ਦਿੰਨਾ ਸਵੇਰੇ ਉਹ ਇਦਾਂ ਦੀ ਕੋਈ ਗੱਲ ਨਹੀਂ ਮਸਲਾ ਇਹ ਨਹੀਂ ਕਿ ਦੇਵਮਾਨ ਸਾਈਕਲ ਤੇ ਜਾਂਦਾ ਪੈਦਲ ਜਾਂਦਾ ਗੱਡੀ ਜਾਂਦਾ ਬੱਸ ਤੇ ਜਾਂ ਲੋਕਾਂ ਦੇ ਮੁਤਾਬਿਕ ਆਪਾਂ ਨੂੰ ਕੰਮ ਕਰਨ ਦੀ ਲੋੜ ਆ ਨਾਬਾ ਨੂੰ ਅਸੀਂ ਸਾਫ਼ ਬਣਾਉਣਾ ਉਹਦੇ ਲਈ ਅਸੀਂ ਮੁਹਿੰਮ ਵਿੱਢੀ ਹੋਈ ਆ ਨਗਰ ਨਗਰ ਵਿਧਾਨ ਸਭਾ ਨਾਬਾ ਦੇ ਪਿੰਡਾਂ ਦੀਆਂ ਟੁੱਟੀਆਂ ਸੜਕਾਂ ਨੂੰ ਠੀਕ ਕਰਨਾ ਲੋਕਾਂ ਦੇ ਜਿਹੜੇ ਲੰਮੇ ਸਮੇਂ ਤੋਂ ਮਸਲੇ ਅੜੇ ਪਏ ਨੇ ਉਹਨਾਂ ਨੂੰ ਠੀਕ ਕਰਨਾ ਇਹ ਸਾਡੀ ਜ਼ਿੰਮੇਵਾਰੀ ਹੈ ਉਹ ਇਮਾਨਦਾਰੀ ਨਾਲ ਕਰ ਰਹੇ ਆ ਇਹ ਤਾਂ ਕਈ ਵੇਲੇ ਉਦਾਂ ਵੀ ਸਾਈਕਲ ਕਿੱਥੇ ਆਈ ਉਹ ਕਿੱਥੇ ਲੋਕਾਂ ਨੇ ਮੈਨੂੰ ਸਾਈਕਲ ਲਈ ਥੋੜਾ ਚੁਣਿਆ ਜੀ ਲੋਕਾਂ ਨੇ ਮੈਨੂੰ ਕੰਮ ਲਈ ਚੁਣਿਆ ਮੇਰੇ ਕੰਮ ਦੀ ਗੱਲ ਕਰਾਂ ਜਿਹੜਾ ਚੰਗਾ ਕੰਮ ਆ ਉਹਦੀ ਉਹਦੀ ਐਪਰੀਸ਼ੀਏਸ਼ਨ ਤਾਂ ਬਣਦੀ ਹੈ ਨਾ ਜੀ ਵੀ ਠੀਕ ਹੈ ਵਧੀਆ ਕੰਮ ਕਰ ਰਹੇ ਹਾਂ ਮੇਰਾ ਚੈਲੰਜ ਹੈ ਜੀ ਤੁਹਾਡੇ ਚੈਨਲ ਦੇ ਜ਼ਰੀਏ ਕਿ ਆਉਣ ਵਾਲੇ 6 ਮਹੀਨਿਆਂ ਬਾਅਦ ਨਾਭਾ ਸ਼ਹਿਰ ਜਿਹੜਾ ਹਿੰਦੁਸਤਾਨ ਦੇ ਟੌਪ 10 ਸ਼ਹਿਰਾਂ ਦੇ ਵਿੱਚੋਂ ਇੱਕ ਹੋਏਗਾ ਮ ਅਸੀਂ ਇੰਨੀ ਮਿਹਨਤ ਨਾਲ ਕੰਮ ਕਰ ਰਹੇ ਹਾਂ ਨਾਬਾ ਵਿਧਾਨ ਸਭਾ ਦੇ ਪਿੰਡਾਂ ਦੀਆਂ ਪੂਰੀਆਂ ਲਿੰਕ ਰੋਡਾਂ ਡਵੈਲਪਮੈਂਟ ਦੇ ਜਿਹੜੇ ਕੰਮ ਆ ਸਾਰੇ ਅੱਛੇ ਤਰੀਕੇ ਨਾਲ ਕਰਾਂਗੇ ਜਿੰਨਾ ਸਾਡੀ ਸਰਕਾਰ ਦਾ ਬਜਟ ਹੈ ਅਸੀਂ ਡੇ ਬਾਏ ਡੇ ਉਹਨਾਂ ਨੂੰ ਬਿਹਤਰ ਕਰਾਂਗੇ ਇਹ ਸਾਡੀ ਕਮਿਟਮੈਂਟ ਹੈ ਇਹ ਕਮਿਟਮੈਂਟ ਨਹੀਂ ਮੈਂ ਸਾਈਕਲ ਸਾਈਕਲ ਤੇ ਆ ਕੇ ਕਿ ਉਹਨੂੰ ਪੈਨਸ਼ਨ ਮਿਲ ਜੂਗੀ ਜੀ ਸਾਈਕਲ ਤੇ ਆ ਕੇ ਕਿਸੇ ਦੇ ਥਾਣੇ ਚੁਕੇ ਦਾ ਮਸਲਾ ਹੱਲ ਹੋ ਜੂਗਾ ਜੀ ਉਹ ਗੱਲਾਂ ਡਿਫਰੈਂਟ ਨੇ ਉਹ ਇੱਕ ਮੈਸੇਜ ਹੈ ਸਮਾਜ ਲਈ ਕਿ ਜੇ ਇੱਕ ਐਮਐਲਏ ਹੋ ਕੇ ਸਾਈਕਲ ਦੇ ਕੋਲ ਮੁਸਕਦਾ ਤਾਂ ਫਿਰ ਆਪਾਂ ਉਹਨਾਂ ਫੂਫਾਂ ਤੋਂ ਦੂਰ ਰਹਿ ਕੇ ਆਪਾਂ ਨੂੰ ਡਾਊ ਠੀਕ ਹੈ ਬਿਲਕੁਲ ਜੀ ਸੋ ਹਲਕਾ ਨਾਬਾ ਤੋਂ ਐਮਐਲਏ ਗੁਰਦੇਵ ਸਿੰਘ ਦੇਮਨ ਜਿਨ੍ਹਾਂ ਦੀ ਪਿਛਲੇ ਦਿਨਾਂ ਤੋਂ ਲਗਾਤਾਰ ਚਰਚਾ ਹੋ ਰਹੀ ਸੀ ਕਿ ਇੰਚਾਰਜ ਲਗਾਏ ਨੇ ਹਰ ਵਿਭਾਗਮੇ ਤੇ ਚਾਹੇ ਬਿਜਲੀ ਵਿਭਾਗ ਹੋਵੇ ਪੰਚਾਇਤ ਵਿਭਾਗ ਹੋਵੇ ਉਹਨਾਂ ਦੇ ਉੱਪਰ ਇੰਚਾਰਜ ਲਾਏ ਉਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਨੇ ਟਵੀਟ ਕੀਤਾ ਕਿ ਕਿਵੇਂ ਦਾ ਸਿਸਟਮ ਚੱਲ ਰਿਹਾ ਇੰਚਾਰਜ ਲਾਉਣੇ ਸ਼ੁਰੂ ਕਰਤੇ ਵੀ ਆਪਣੇ ਗੁੰਡੇ ਲਾਉਣੇ ਸ਼ੁਰੂ ਕਰ ਦਿੱਤੇ ਪਰ ਹਲਕਾ ਨਾਬਾ ਤੋਂ ਐਮਐਲਏ ਦੇਮਾਨ ਦਾ ਕਹਿਣਾ ਕਿ ਉਹ ਕੋਆਰਡੀਨੇਟਰ ਲਾਏ ਨੇ ਉਹ ਉਹ ਕਿਉਂ ਲਾਏ ਨੇ ਕਿਉਂਕਿ ਲੋਕਾਂ ਦੇ ਕੰਮ ਨੇ ਜਿਹੜੇ ਉਹ ਕਰਵਾਉਣਗੇ ਇੱਕ ਇਕੱਲਾ ਬੰਦਾ ਬਹੁਤੇ ਕੰਮ ਨਹੀਂ ਕਰਵਾ ਸਕਦਾ ਕਿ ਵੱਖੋ-ਵੱਖਰੇ ਵਿਭਾਗਾਂ 'ਚ ਜਾ ਕੇ ਉਹ ਕੰਮ ਕਰਵਾਉਣਗੇ ਤੇ ਕਿਤੇ ਨਾ ਕਿਤੇ ਜੋ ਵੀ ਵੋਟਰ ਨੇ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਕੈਮਰਾਮੈਨ ਭੀਮਾ ਪੱਟੀਵਾਲ ਨਾਲਾ ਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ